स्कूल के खिलाफ कोई ऐसी साजिश नहीं करेंगे। जे सरकार को पता लगे तो वो पौड़ छाल कर लो एक्शन लो किसी ने कहे वो इनकुआरी करा लो कि वह बंदा झूठ तो नहीं बोलता एक्शन एक्शन लो छेती एम भी फौज भेज दो एम भी लो फौज भेज इनकुआरी करा लो बिच मैनू पा लो या होर किसी पा लो वो जो शरारत करने आने वाले तो करने वाले से उन्होंने अलर्ट हो गए भी जे इनकुआरी होने लगी बड़ी झूठियां हवा वाले तो चुप कर गए। वो तहत दस इतने फायदा गुरु घर ना हो जे कोई गड़बड़ है करता साढ़े ना तुम डायरैक्ट गल करो चक के शिफ्ट करके कीरतपुर करता उन्होंने एरिए कटते जिन्हें रौला लाहौर वाले सूबे या जलंधर वाले सूबे रौला से मुसलमान का एरिया छड़ जाते उन्होंने एरिए रहोगे उसे कोई ना कोई गड़बड़ होती रही उन्होंने हटना एरिया बदल इन्हों पूरी चिट्ठी लिखते फिर हम जगह जी मंगते रहते सैट गवर्नमेंट ने भाईधारियां बस वो बदल के इतने आ गए फिक्स हो गए इतने आ गए। ये राजनीति वधिया थी जाने के मेरी खेड़ी होते ये राजनीति थी जाने राजनीति ये थी जदों हो करते उस राजनीति ना चंदू ले लिया चंदू का दस्ता ਜਿਹੜਾ ਕੰਮ ਜਾਗਣਾ ਨਹੀਂ ਸੀ ਕਰ ਸਕਦੇ ਰਾਜਨੀਤੀ ਨਾਲ ਕਰ ਚੰਦੂ ਲੈ ਲੈਣਾ ਸਾਬਤ ਕਰਤਾ ਵੀ ਤੁਹਾਡੇ ਨਾਲ ਧੱਕਾ ਹੋਇਆ ਇਹ ਗਲਤ ਨਹੀਂ ਜਿਹਨਾਂ ਨਾਲ ਧੱਕਾ ਹੋਇਆ ਪੰਜਵੇਂ ਪਾਤਸ਼ਾਹ ਦਾ ਜੋ ਸ਼ਰਾਰਤ ਕੀਤੀ ਹੋ ਰਹੀ ਹੈ ਜੋ ਗੱਲ ਕਹਿ ਰਿਹਾ ਸੀ ਉਹ ਵੀ ਅਲਵੀਰ ਕਿ ਉਦੋਂ ਤੋਂ ਲੈ ਕੇ ਨਜਾਇਜ਼ ਅਸੀਂ ਕਰ ਰਹੇ ਹਾਂ ਇਹਨਾਂ ਦਾ ਬਿਲਕੁਲ ਕਸੂਰ ਨਹੀਂ ਕੋਈ ਤੇਰੇ ਬੰਦੇ ਕਸੂਰ ਨੇ ਤੂੰ ਇਨਕੁਆਰੀ ਨਹੀਂ ਕਰੋ ਉਹ ਸਾਰੀ ਗੱਲ ਸਾਬਤ ਹੋ ਸਾਬਤ ਹੋ ਗਈ ਉਹਨੇ ਮਾਫ਼ੀ ਮੰਗੀ ਵੀ ਸਾਡੀ ਗਲਤੀ ਹੈ ਸਾਡੇ ਬੰਦੇ ਦੀ ਗਲਤੀ ਅਸੀਂ ਇਨਕੁਆਰੀ ਨਹੀਂ ਕਰਾਈ ਹਕੂਮਤ ਦੀ ਗਲਤੀ ਹੈ ਸਾਡੀ ਲਾਪਰਵਾਹੀ ਹੈ ਉਹ ਲਾਪਰਵਾਹੀ ਕਰਕੇ ਉਹਨਾਂ ਦੀ ਉਹ ਬਦਲਤੀ ਤੁਸੀਂ ਆਪਣੀ ਸਿਚੁਏਸ਼ਨ ਹੀ ਬਦਲੋ ਉੱਥੇ ਜਗ੍ਹਾ ਹੀ ਛੱਡੋ ਉਹਨਾਂ ਦੇ ਏਰੀਏ ਤੋਂ ਭੱਜ ਕਰੋ ਫਿਰ ਕਿਉਂਕਿ ਦੂਆ ਆ ਨਹੀਂ ਸਕਦਾ ਦੂਏ ਦੇ ਰਾਹ 'ਚ ਭਾਈਦਾਰੀਆਂ ਸਾਰੇ ਹਿੰਦੂਏ ਨੇ ਕੋਈ ਰੌਲਾ ਹੀ ਨਹੀਂ ਉੱਥੇ ਤੁਸੀਂ ਆਰਾਮ ਕਰੋ ਜੇ ਉੱਥੇ ਵੀ ਕੋਈ ਗੜਬੜ ਹੁੰਦੀ ਹੈ ਫਿਰ ਅਸੀਂ ਆਪੇ ਹੈਗੇ ਹਾਂ ਉੱਥੇ ਫਿਰ ਉਹ ਸਾਰਾ ਜਿਹੜਾ ਸੀ ਚੰਦੂ ਨੂੰ ਦੇ ਦਿੱਤਾ ਕਹਿੰਦੇ ਸਜ਼ਾ ਅਸੀਂ ਆਪੇ ਦੇ ਲਵਾਂਗੇ ਸਾਨੂੰ ਦੇ ਦਿਓ ਰਾਜਨੀਤੀ ਸੀ ਨਾ ਰਾਜਨੀਤੀ ਰਾਜਨੀਤੀ ਚੰਦੂ ਲੈ ਜਾ ਤੁਸੀਂ ਦੱਸੋ ਯੁੱਧ ਨੀਤੀ ਧਰਮ ਨੀਤੀ ਰਾਜਨੀਤੀ ਤਿੰਨਾਂ 'ਚ ਪੂਰੇ ਹੋਏ ਕਿ ਨਾ ਹੋਏ ਰਾਜਨੀਤੀ 'ਚ ਚੰਦੂ ਲਿਆ ਭਾਈ ਉਹ ਰਾਜੇ ਛੜਾਏ ਜਿਹੜੇ ਦੱਸ ਉੱਥੇ ਸਾਰੀ ਗੱਲ ਕਲਾ ਦਿਖਾਤੀ ਆਪਣੀ ਬੁੱਧੀ ਉਹਦਾ ਬਲ ਦਿਖਾਤਾ ਔਰ ਅੰਦਰਲਾ ਉਹ ਦਿਖਾਤਾ ਸਫਾਈ ਜਿਹੜੀ ਸ਼ੱਕ ਕੀਤੀ ਜਾਂਦੀ ਸੀ ਉਹ ਸ਼ੱਕ ਦੂਰ ਸਾਡੇ ਅੰਦਰ ਬਿਲਕੁਲ ਮੈਲ ਨਹੀਂ ਮੈਲ ਇਹਨਾਂ ਦੇ ਉੱਤੇ ਫਿਰ ਉਹਨੇ ਕਿਹਾ ਵੀ ਗੁਰੂ ਘਰ ਨਹੀਂ ਲੜੂਗਾ ਛੇਵੇਂ ਪਾਤਸ਼ਾਹ ਨੇ ਕਿਹਾ ਗੱਲ ਆਪਾਂ ਨਹੀਂ ਲੜਨਾ ਜੇ ਉਹ ਲੜਨ ਵੀ ਆਉਂਦੇ ਨੇ ਆਪਾਂ ਨੇ ਲੜਨਾ ਨਹੀਂ ਲੜਾਈ ਤੋਂ ਬਾਅਦ ਪਤਾ ਨਹੀਂ ਲੱਗਦਾ ਹੁੰਦਾ ਕਿਹਦਾ ਪਹਿਲ ਪਹਿਲ ਕਿਹਦੀ ਹੋਈ ਕਿਵੇਂ ਹੋਈ ਆ ਲੜਾਈ ਬਾਅਦ 'ਚ ਉਹ ਝੂਠ ਬੋਲੀ ਜਾਂਦਾ ਉਹ ਝੂਠ ਬੋਲੀ ਜਾਂਦਾ ਤੁਸੀਂ ਕੁਛ ਕਹਿਣਾ ਹੀ ਨਹੀਂ ਕਿਹਾ ਨਹੀਂ ਦੱਸ ਪਾਤਸ਼ਾਹ ਨੇ ਲੜਾਈ ਫਿਰ ਕੀਤੀ ਹੈ ਬਾਅਦ 'ਚੋਂ ਪਤਾ ਜਦ ਕੀਤੀ ਹੈ ਉਹ ਵੀ ਬਾਈਧਾਰੀਆਂ ਨੇ ਕੀਤੀ ਹੈ ਮੁਸਲਮਾਨਾਂ ਨੇ ਨਹੀਂ ਕੀਤੀ ਲੜਾਈ ਬਾਈਧਾਰੀਆਂ ਨੇ ਕੀਤੀ ਫਿਰ ਆਪ ਇਕੱਠੇ ਹੋ ਕੇ ਕਿਹਾ ਵੀ ਅਸੀਂ ਉਮਰ ਛੱਕ ਲੈਂਦੇ ਹਾਂ ਫਿਰ ਦੁਬਾਰਾ ਥਾਣਾ ਬਣਾ ਬਣਿਆ ਉਹੀ ਵੀ ਇਹ ਰਾਜ ਕਾਇਮ ਕਰਨਾ ਚਾਹੁੰਦੇ ਨੇ ਦੁਬਾਰੇ ਬਣਾ ਲਏ ਨਿਸ਼ਾਨ ਬਣਾ ਲਏ ਫੌਜਾਂ ਬਣਾ ਲਈਆਂ ਇਹ ਬਣਾ ਲਿਆ ਜਦ ਟਾਈਮ ਬਦਲ ਗਿਆ ਉਹ ਰਾਜਾ ਨਾ ਰਿਹਾ ਔਰੰਗਜ਼ੇਬ ਆ ਗਿਆ ਉਹਨਾਂ ਨੇ ਫਿਰ ਜੋਰ ਪਾ ਲਿਆ ਬੁਲਾਣਿਆਂ ਨੇ ਫਿਰ ਉਹੀ ਗੱਲ ਸ਼ੁਰੂ ਕਰ ਲਈ ਸਮਝੇ ਉਹਨਾਂ ਨੇ ਹਾਲਾਂਕਿ ਲਿਖਿਆ ਵੀ ਰਾਜ ਨੇ ਚਾਹੂ ਮੁਖਤਰੇ ਚਾਹੂ ਕਿਸੇ ਨੂੰ ਵਿਸ਼ਵਾਸ ਨਹੀਂ ਕੀਤਾ ਇਹ ਗਲਤ ਹੈ ਇਹ ਗੱਲਾਂ ਫਿਰ ਦੁਬਾਰਾ ਫਿਰ ਜਾਤੀ ਉਹਨਾਂ ਨੇ ਇਕੱਠੇ ਹੋ ਕੇ ਕਿਹਾ ਆਪਣੇ ਛੱਕ ਲੈਂਦੇ ਆ ਉਹਨਾਂ ਦੀ ਚਾਲ ਸੀ ਸੀ ਆਈ ਡੀ ਉੱਥੇ ਬੁਲਾਈ ਸੀ
ਉੱਥੇ ਕਹਿਤਾ ਵੀ ਅਸੀਂ ਇੱਕ ਜੀ ਨੂੰ ਉਭਾਵਾਂਗੇ, ਇੱਕ ਪੱਥਰ ਪੂਜਾ ਕਰਾਂਗੇ, ਉਹ ਕਹਿੰਦੇ ਹੋ ਨਹੀਂ ਸਕਦਾ। ਇਸ ਗੱਲ ਨੂੰ ਇਸ ਤਰੀਕੇ ਨਾਲ ਉਹਨਾਂ ਲਿਆ ਵੀ ਸਾਨੂੰ ਕਹਿੰਦਾ ਪ੍ਰਸ਼ਕ ਲਓ, ਬਗਾਵਤ ਕਰ ਲਓ, ਦਿੱਲੀ ਦਾ ਤਖ਼ਤ ਖੋਲੀ ਇਹ ਕੋਲੋਂ ਕਹਿਤੀ, ਰਿਪੋਰਟ ਕਰਾ ਕੇ, ਰਿਪੋਰਟ ਕਰਨ ਵਾਲੇ ਤਾਂ ਦੂਏ ਸੀ ਨਾ, ਇੱਥੋਂ ਗੱਲ ਬਿਗੜਨਾ। ਸ਼ੱਕ ਪੈ ਗਿਆ ਉਹਨਾਂ ਨੂੰ, ਬਾਕੀ ਦੁਬਾਰਾ ਸ਼ੱਕ ਪੈਦਾ ਹੋ ਗਿਆ, ਦੁਬਾਰਾ ਫਿਰ ਸ਼ੱਕ ਖੜਾ। ਇਤਿਹਾਸ ਔਰ ਦੂਆ ਇਤਿਹਾਸ ਹੈ, ਕਿੰਨਾ ਫਰਕ ਹੈ ਨਾ, ਕੁਛ ਫਰਕ।